ਵੀ ਇਹਨਾਂ ਨੂੰ ਖਤਮ ਕਰ ਦਿਆਂਗੇ ਕੱਢ ਦਿਆਂ ਕਿੱਥੋਂ ਕੱਢਣਗੇ ਸਾਨੂੰ ਕੱਢ ਦੋ ਜੇ ਤੁਹਾਨੂੰ ਚੰਗੇ ਨਹੀਂ ਲੱਗਦੇ ਕਰ ਦੋ ਇੱਕ ਪਾਸੇ ਭਾਰਤ ਦੀ ਜਿਹੜੀ ਹੋਂਦ ਆ ਸਿੱਖਾਂ ਕਰਕੇ ਵੱਜੀ ਹੋਈ ਆ ਅੱਜ ਵੀ ਬਰਕਰਾਰ ਆ ਸਾਡਾ ਕੋਈ ਪ੍ਰਚਾਰ ਕਰਦਾ ਅਮਨ ਸਿਕਾਉਣ ਦਾ ਨਸ਼ੇ ਬੰਦ ਕਰਨ ਦਾ ਤਾਂ ਸਰਕਾਰਾਂ ਐਨਐਸਏ ਲਾ ਕੇ ਡਿਬਰੂਗੜ੍ਹ ਜਿਹੜੇ ਭੇਜ ਦਿੰਦੀਆਂ ਨੇ ਉਮਰ ਕੈਦ ਤੋਂ ਉਹਨਾਂ ਨੂੰ ਰਿਹਾ ਕਰ ਦਿੰਦੇ ਠਾਲੀ ਕਾਂਡ ਵਾਲਿਆਂ ਨੂੰ ਸਿੱਖਾਂ ਨੂੰ ਕਿਉਂ ਨਹੀਂ ਜਦੋਂ ਨਾ ਸਜ਼ਾ ਭੁਗਤਣੀ ਵਿਛੜਨ ਤੱਕ ਆ ਗਿਆ ਭਾਰਤ ਦੀ ਹੋਂਦ ਅੱਜ ਵੀ ਸਿੱਖਾਂ ਕਰਕੇ ਬਰਕਰਾਰ ਆ ਜੇ ਸਿੱਖ ਫੌਜ ਉੱਥੋਂ ਹਟਾ ਲਈ ਜਾਵੇ ਚੈਨਾ ਦੇ ਬਾਰਡਰ ਤੋਂ ਪਾਕਿਸਤਾਨ ਦੇ ਬਾਰਡਰ ਤੋਂ ਹੋ ਸਕਦਾ ਇਹਨਾਂ ਨੂੰ ਪੰਜ ਮਹੀਨੇ ਆਠ ਨੂੰ ਪਤਾ ਲੱਗ ਜੂ ਵੀ ਕੀ ਭਾਅ ਵਿਕਦੀ ਆ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੁਹਾਨੂੰ ਦੱਸ ਦਈਏ ਕਿ ਅੱਜ ਅਸੀਂ ਵਾਈਪੀਐਸ ਚੌਂਕ ਤੇ ਖੜੇ ਆ ਕੌਮੀ ਇਨਸਾਫ ਮੋਰਚਾ ਲੱਗਿਆ ਹੋਇਆ ਚੰਡੀਗੜ੍ਹ ਮੋਹਾਲੀ ਦੇ ਬਰੂਹਾਂ ਤੇ ਉੱਥੇ ਅੱਜ 1984 ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਮੁਜ਼ਾਹਰਾ ਕੀਤਾ ਜਾ ਰਿਹਾ ਕੌਮੀ ਇਨਸਾਫ ਮੋਰਚੇ ਦੇ ਜਿਹੜੇ ਇੱਥੇ ਲੋਕ ਬੈਠੇ ਹੋਏ ਨੇ ਕੌਮੀ ਇਨਸਾਫ ਮੋਰਚਾ ਲਾਈ ਉਹਨਾਂ ਸਾਰੇ ਕਾਰਕੁਨਾਂ ਵੱਲੋਂ ਉਹਨਾਂ ਐਕਟਿਵਿਸਟ ਵੱਲੋਂ ਅਤੇ 31 ਮੈਂਬਰੀ ਜਿਹੜੀ ਜਥਾ ਹੈਗਾ ਉਹ ਉਧਰ ਨੂੰ ਗਿਆ ਜਿੱਥੇ ਬੈਰੀਕੇਡਿੰਗ ਕੀਤੀ ਹੋਈ ਹੈ ਜਿੱਥੇ ਪੁਰਾਣੀ ਬੈਰੀਕੇਡਿੰਗ ਕੀਤੀ ਹੋਈ ਹੈ ਜਿਹੜਾ ਕਿ ਮੁੱਖ ਮੰਤਰੀ ਦੇ ਘਰ ਨੂੰ ਜਾਣ ਵੇਲੇ ਉੱਥੇ ਬੈਰੀਕੇਡਿੰਗ ਕੀਤੀ ਗਈ ਸੀ ਉਧਰ ਨੂੰ 31 ਮੈਂਬਰੀ ਜਿਹੜੀ ਹੈਗੀ ਹੈ ਉਹ ਜਥਾ ਉਧਰ ਨੂੰ ਗਿਆ ਹੋਇਆ ਬਾਕੀ ਜਿਹੜਾ ਇਸ ਚੌਂਕ ਤੇ ਖੜਾ ਲੋਕ ਜਿਹੜੇ ਨੇ ਉਹ ਪ੍ਰਦਰਸ਼ਨ ਕਰ ਰਹੇ ਨੇ ਇਹਨਾਂ ਦੇ ਹੱਥ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ 1984 ਦੇ ਕਾਤਲਾਂ ਨੂੰ ਸਜ਼ਾ ਦਿਓ 1984 ਦੇ ਤੇ ਨੈਵਰ ਫੋਰਗੇਟ 84 ਐਵੇਂ ਦੇ ਸਾਰੇ ਜਿਹੜੇ ਇੱਥੇ ਉਹਨਾਂ ਦੇ ਪਲੈਕਾਰਡ ਜਿਹੜੇ ਨੇ ਉਹ ਹੱਥਾਂ 'ਚ ਫੜੇ ਹੋਏ ਨੇ ਔਰ ਲਗਾਤਾਰ ਨਾਰੇਬਾਜ਼ੀ ਹੋ ਰਹੀ ਹੈ ਕੁਛ ਜਿਹੜੇ ਪਲੈਕਾਰਡ ਦੇ ਜਾਂ ਜਿਹੜੇ ਬੈਨਰਸ ਦੇ ਉਹਨਾਂ ਤੇ ਲਿਖਿਆ ਭਾਈ ਸ਼ਮਸ਼ੇਰ ਸਿੰਘ 27 ਸਾਲਾਂ ਤੋਂ ਜੇਲ੍ਹ 'ਚ ਨਜ਼ਰਬੰਦ ਉਹਦੇ ਬਾਅਦ ਜਿਹੜੇ ਬੰਦੀ ਸਿੰਘ ਨੇ ਵੱਖ ਵੱਖ ਪ੍ਰੋਫੈਸਰ ਦਵਿੰਦਰਪਾਲ ਭੁੱਲਰ 28 ਸਾਲਾਂ ਤੋਂ ਜੇਲ੍ਹ 'ਚ ਨਜ਼ਰਬੰਦ ਨਾਟ ਜਸਟ ਦਿੱਲੀ ਇਸ ਤਰੀਕੇ ਦੇ ਨਾਲ ਕਰਕੇ ਇੱਥੇ ਕਾਫੀ ਸਾਰੇ ਜਿਹੜੇ ਬੈਨਰਸ ਨੇ ਉਹਨਾਂ ਨੇ ਹੱਥਾਂ ਵਿੱਚ ਫੜੇ ਹੋਏ ਆ ਨੀਚੇ ਕੌਮੀ ਇਨਸਾਫ ਮੋਰਚੇ ਦੇ ਜਿਹੜੇ ਕਾਰਕੁਨ ਨੇ ਇਸ ਟਾਈਮ ਇੱਥੇ ਖੜੇ ਨੇ ਔਰ ਨਾਰੇਬਾਜ਼ੀ ਹੋ ਰਹੀ ਹੈ ਔਰ ਕਹਿ ਰਹੇ ਕਿ ਧੱਕੇਸ਼ਾਹੀ ਬੰਦ ਕਰੋ ਖਾਸ ਕਰਕੇ ਸਿੱਖਾਂ ਨਾਲ ਹੋ ਰਹੀ ਧੱਕੇਸ਼ਾਹੀ ਦੀ ਉਹ ਵਾਰ ਵਾਰ ਗੱਲ ਕਰ ਰਹੇ ਨੇ ਤੇ ਜਿਹੜੇ ਕੋਈ ਵੀ ਸ਼ਹੀਦ ਹੋਏ ਨੇ ਸਿੱਖ ਸ਼ਹੀਦ ਹੋਏ ਨੇ ਪੋਲੀਟੀਕਲ ਸ਼ਹੀਦ ਹੋਏ ਨੇ ਉਹਨਾਂ ਸਭ ਦੇ ਲਈ ਇਹ ਸਲੋਗਨ ਰੇਜ਼ ਕਰ ਰਹੇ ਨੇ ਉਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ 1984 ਨੂੰ ਲੈ ਕੇ ਖਾਸ ਕਰਕੇ ਇੱਥੇ ਜਿਹੜੇ ਆਪਣਾ ਮੁਜ਼ਾਹਰਾ ਕਰ ਰਹੇ ਨੇ ਇਹਨਾਂ ਨੇ ਅੱਜ ਕਾਲ ਦਿੱਤੀ ਸੀ ਕਿ ਇੱਥੇ ਅਸੀਂ ਪੂਰੇ ਤਰੀਕੇ ਦੇ ਨਾਲ ਇੱਥੇ ਇੱਕ ਪੂਰੇ ਤਰੀਕੇ ਦੇ ਨਾਲ ਇੱਥੇ ਅਸੀਂ ਇੱਕ ਮੁਜ਼ਾਹਰਾ ਕਰਾਂਗੇ ਔਰ ਤੁਹਾਨੂੰ ਦੱਸ ਦਈਏ ਕਿ ਇੱਥੇ ਰਾਜਾ ਰਾਜ ਸਿੰਘ ਜਿਹੜੇ ਨੇ ਉਹ ਜਥੇਦਾਰ ਰਾਜਾ ਰਾਜ ਸਿੰਘ ਇੱਥੇ ਹੈ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਤੁਸੀਂ ਇੱਥੇ ਹੱਥ 'ਚ ਫੜੇ ਹੋਇਆ ਜੀ ਪੂਰੇ ਤਰੀਕੇ ਦੇ ਨਾਲ ਨਿਹੰਗ ਸਿੰਘ ਜੀ ਇੱਥੇ ਖੜੇ ਨੇ ਨੈਵਰ ਫੋਰਗੇਟ 84 ਤੁਸੀਂ ਇੱਥੇ ਤੁਹਾਡੀ 31 ਮੈਂਬਰੀ ਜਿਹੜੀ ਆ ਉਹ ਗਈ ਆ ਉੱਧਰ ਦੂਸਰੇ ਪਾਸੇ ਗਈ ਹੈ ਤੁਸੀਂ ਇੱਥੇ ਚੌਂਕ ਤੇ ਖੜੇ ਅੱਜ ਕੀ ਗੁਹਾਰ ਲਾ ਰਹੇ ਹੋ ਦੇਖੋ 1984 ਤੋਂ ਲੈ ਕੇ 29 ਸਾਲ ਲਗਾਤਾਰ ਹੋ ਗਏ 23 ਚੱਲ ਰਿਹਾ 84 ਦੇ ਵਿੱਚ ਸਾਡੀ ਨਸਲ ਕੁਸ਼ੀ ਕੀਤੀ ਗਈ ਸਾਰੇ ਵਰਲਡ ਨੂੰ ਪਤਾ ਸਾਨੂੰ ਕੋਹ ਕੋਹ ਕੇ ਮਾਰਿਆ ਗਿਆ ਟਾਇਰ ਪਾ ਕੇ ਸਾੜਿਆ ਗਿਆ ਸਾਡੀ ਧੀਆਂ ਭੈਣਾਂ ਦੀ ਬੇਪੱਤੀ ਕੀਤੀ ਅੱਜ ਤੱਕ ਸਾਨੂੰ ਇਨਸਾਫ ਨਹੀਂ ਮਿਲਿਆ ਜਿਨ੍ਹਾਂ ਨੇ ਕੋਲੇ ਖੜ ਕੇ ਸਿੱਖਾਂ ਨੂੰ ਮਰਵਾਇਆ ਧੀ ਭੈਣਾਂ ਦੀ ਬੇਪੱਤੀ ਉਹ ਸਰੇਆਮ ਨੰਗੇ ਚਿੱਟੇ ਘੁੰਮ ਰਹੇ ਨੇ ਕੋਈ ਉਹਨਾਂ 'ਤੇ ਐਕਸ਼ਨ ਨਹੀਂ ਕੋਈ ਉਹਨਾਂ ਨੂੰ ਅੰਦਰ ਨਹੀਂ ਕਰਿਆ ਗਿਆ ਉਹਨਾਂ ਨੂੰ ਸਰੇਆਮ ਖੁੱਲ੍ਹੇ ਫਿਰਦੇ ਨੇ ਕਿਸੇ ਨੂੰ ਕੋਈ ਸਜ਼ਾ ਨਹੀਂ ਹੋਈ ਉਹਨਾਂ ਸਜ਼ਾਵਾਂ ਨੂੰ ਦਬਾਉਣ ਵਾਸਤੇ ਆ ਅੱਜ ਸਾਡੇ ਤਖਤਾਂ ਹੱਥ 'ਚ ਫੜੀਆਂ ਹੋਈਆਂ ਨੇ ਵੀ ਜਦੋਂ ਇਹ ਦਿਨ ਆਉਂਦੇ ਨੇ 31 ਅਕਤੂਬਰ ਤੋਂ ਲੈ ਕੇ 4-5 ਨਵੰਬਰ ਤੱਕ ਉਦੋਂ ਫਿਰ ਜਿਹੜੇ ਜ਼ਖਮ ਨੇ ਸਾਡੇ ਉਹ ਅੱਲੇ ਹੋ ਜਾਂਦੇ ਨੇ ਇਹ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਆ ਸਾਨੂੰ ਹੀ ਕਿਉਂ ਟਾਰਗੇਟ ਕੀਤਾ ਜਾਂਦਾ ਹਰ ਇੱਕ ਵੱਲੋਂ ਚਾਹੇ ਇੱਥੇ ਮੁਗਲ ਸਰਕਾਰ ਆਈ ਚਾਹੇ ਅੰਗਰੇਜ਼ ਸਰਕਾਰ ਆਈ ਚਾਹੇ ਹੁਣ ਸਾਡੀ ਭਾਰਤ ਦੇ ਜਿਹੜੇ ਇੱਥੋਂ ਦੇ ਬਸਿੰਦੇ ਨੇ ਵੋਟਾਂ ਪਾ ਕੇ ਬਣਾਈ ਉਹ ਸਰਕਾਰ ਆ ਜੋ ਵੀ ਸਰਕਾਰ ਸੱਤਾ 'ਤੇ ਦਿੱਲੀ ਦੇ ਕਾਬਜ਼ ਹੋਈ ਉਹਨਾਂ ਨੇ ਸਿੱਖਾਂ ਦੇ ਨਾਲ ਮਾੜਾ ਸਲੂਕ ਕੀਤਾ ਕਿਸੇ ਨੇ ਵੀ ਭਲਾ ਨਹੀਂ ਮੰਗਿਆ ਪਰ ਇਹ ਸਰਬੱਤ ਦਾ ਭਲਾ ਮੰਗਣ ਵਾਲੇ ਅਸੀਂ ਸਰਬੱਤ ਦਾ ਅਸੀਂ ਸਾਰਿਆਂ ਧਰਮਾਂ ਦਾ ਸਤਿਕਾਰ ਕਰਦੇ ਹਾਂ ਸਾਨੂੰ ਅੱਜ ਤੱਕ ਇਨਸਾਫ ਨਹੀਂ ਮਿਲਿਆ ਚਾਹੇ 19 ਜੂਨ 1984 ਦਾ ਅਤੇ ਨਵੰਬਰ 1984 ਦਾ ਇਨਸਾਫ ਅਤੇ ਉਸ ਤੋਂ ਬਾਅਦ ਹੋਰ ਵੀ ਸਾਡੇ ਨਾਲ ਵੱਡੀਆਂ ਵੱਡੀਆਂ ਘਟਨਾਵਾਂ ਹੋਈਆਂ ਜਿਹੜੀਆਂ ਜਿਵੇਂ ਬੰਦੀ ਸਿੰਘ ਹਜੇ ਤੱਕ ਰਿਹਾ ਨਹੀਂ ਕੀਤੇ 30-30 ਸਾਲ ਹੋ ਗਏ 32-32 ਸਾਲ ਹੋ ਗਏ
सानू भी अज भी यह एहसास कराया जा रहा भी तुसी इस देश दे है ही नहीं है, तुसी गुलाम हो ते असी सरबत दा भला मंगने वाले हाँ। असी सारे दा सत्कार करते हैं, जिहड़े लोग कहिंदे ने भी इन्हां नूं खत्म कर देंगे, कर दें कित्थों कढ़णगे सानू, कढ़ दो जे तुहानूं चंगे नहीं लगते कर दो। एक पासे देखो भारत की जिहड़ी होंद आ सिखां करके बची हुई है, अज भी बरकरार आ। जे गुरु तेग बहादुर महाराज जी ना बलिदान देंदे हो सकता सी जिहड़ा अज राज भाग दे विच बैठ के गल्लां करदे ने, सत्ता दे नशे दे विच सिखां नूं नीवां दिखाउंदे ने, सिखां नाल धक्का कर रहे ने, वह ना होंदे। इसे मुसलमान धर्म ही इसे काबज हुंदा उत्तरी भारत का, खास करके इस सिखां दी बदौलत अज भी जो भारत की होंद बरकरार आ सिखां करके आ। जे इन्हां ने इन्हां दे मन दे विच कोई भुलेखा और चाइना के बार्डर से सिख फौज लगी हुई आ, पाकिस्तान के बार्डर से सिख फौज लगी हुई, उस फौज हटा के देख लैन, पता लग जू इन्हां नूं किन्ने कमाने भाई जी। कल जिहड़ा हैगा राजुआणा के भैन जिहड़े अकाल तख्त से जथेदार साहब न एक चिट्ठी देन गए, उत्थे उन्होंने कहा कि 12 साल तो साड़ी जिहड़ी उत्थे लाई हुई है जिहड़ी गुहार लाई हुई है माफ़ी की, जिहड़ी उन्होंने सज़ा हुई है फांसी की उसके लिए लाई हुई है, तो हजे तक वह कोई थौ टिकाणा तो लग नहीं रहा, तो इस करके वापस लै ली जाए क्योंकि श्रोमणी कमेटी वालों लाई गई थी। तो श्रोमणी कमेटी के जो कई मैंबर ने अंदर खड़े कहते जी दोबारा कभी मीटिंग ही नहीं हुई जी कमेटी बनी सी, क्योंकि तुम इतने खड़े हो के बंदी सिंघा की रिहाई की गल कर रहे हो, तो बंदी सिंघा के विचों जो देखा जाए तो फिर सारे ही उस छत या उस अमरेले हेठ आते हैं, की कहोगे इस बारे? देखो धक्का सिखां नाल ही हुंदा रहा, जे साडा कोई प्रचार करदा अमृत छकाउण दा नशे बंद करन दा तां सरकारां एनएसए ला के डिब्रूगढ़ जेल भेज दिंदियां ने, जे साडे सिखां ने कोई आपणा काम कीता उन्होंने सजावां भुगतनियां, सरकारां साडी नहीं रहियां, साडे धक्का जिन्हां ने ठाणे फूकते, जिन्हां ने पुलिस मारती, जिन्हां ने गड्डियां फूकतियां उन्हां नूं जमानत बजरंगी वर्गे गुंडियां नूं देतियां, साडे नाल ही धक्का क्यों? आ पिछले जे नठारी कांड होया सीगा उहदे विच दो बंदे सी, मैनूं नाम भुल गया उन्हां दा, जिन्हां ने 50-55 बच्चों उन्हां दा शरीर शोषण करके मार के नाले सुट्टिया, उस वेले उन्हां नूं फड़िया गया, उन्हां नूं फांसी की सज़ा हुई, जो लोगों के डर करके फांसी की सज़ा सुनाई गई, फिर फांसी तो उम्र कैद तब्दील हो गई, उम्र कैद तो हुण उन्हां नूं रिहा करता नठारी कांड वालों। सिखां नूं क्यों नहीं जदों इन्हां सज़ावां भुगतनियां, साडे नाल धक्का क्यों? इस करके सानू इंसाफ मिलना चाहिए, सानू साढ़े हक बनते देने चाहिए ने, सानू गुलाम समझा जा रहा, इस करके असी जदों भी दिन आते हैं असी आवाज़ आपकी बुलंद करते हैं, उन्ना चर करदा रहेंगे जिन्ना चर असी जाता सानू राज करेगा खालसा, जिहड़ा साडा संपर्क आ संकल्प हर रोज़ अरदास करने राज करेगा खालसा, की रहे ना कोई सरबत दे भला दी अरदास करते हैं, वह जिन्ना चर सानू नहीं मिल जाता उन्ना चर साडे नाल इस तरह बेइंसाफियां होंदियां रहणगियां। यह सरकारां ने देखना भी सानू इन्हां ने इंसाफ देना जां साडे नाल इसे तरह धक्का करते रहना। असी जिहड़ी है वह सरबत दा भला मानदे आ, भारत की होंद अज भी सिखां करके बरकरार आ, जे सिख फौज उतों हटा ली जाए चाइना के बार्डर तो पाकिस्तान के बार्डर तो हो सकता इन्हों पंज हाथ में पता लग जू भी की भाव विकती आ कौन खड़ा, इस करके जो डर है वह सिख कौम का दूसरे देशों को तो भारत की होंद बरकरार आ, इस करके सरकार तुरंत इंसाफ देना चाहिए। धन्यवाद। अच्छा निहंग सिंह राजा राज सिंह जी उन्होंने अपने विचार रखे कहते कि नवंबर का महीना और यह तरीका खास करके साडे जिहड़े दिल ने बुरी तरह वलुंदरे जाते हैं, सिख कौम दे लैके बहुत कांड होया, उन्होंने अटैक किए गए सी, गला च टायर पा के साड़े गए सी, और यह हजे जिहड़े 84 दा नवंबर हैगा वह किसी भी हाल के भुलिया नहीं जा सकता, इस करके जो भी दिन आते हैं सानू वह 84 याद आ जाता है जिन्होंने लैके असी अज इत्थे फिर खड़े हाँ, और सिखां नाल हो रही जिहड़ियां भी वधीकियां ने उहदे खिलाफ अपनी आवाज़ इत्थे एक बार फिर बुलंद करें। कैमरा परसन सरबजीत दे नाल बिंदू सिंह चंडीगढ़, तुसीं देखते रहो D5 चैनल पंजाबी। निडर हाँ, निरपक्ष हाँ, आजाद हाँ, सच कहां, गल करांगे सियासी हवा दी, होणगे हुकमरानां नूं सिद्धे सवाल, सब तो पहलां पहुंचावांगे तुहाडे तक सिर्फ सच्ची खबर, दस्सांगे कौन कर रहा है तुहाडे ते सफर, विदेशां च बैठे पंजाबियां दे हक दी करांगे गल, कैनेडा दी हर सियासी खबर लेके आवांगे तुहाडे वल, उभरांगे पंजाब दी आवाज बन, होणगे हर पहलू ते रोज चर्चे, खोलांगे अंदरूनी राज, बणांगे बुलंद आवाज, खेड सिक्ख्या सेहत खेती दी बात पावांगे, हर पिंड हर शहर जावांगे, मनोरंजन नाल जुड़े कलाकारां नाल करवावांगे मुलाकात,
संघर्षां वाली जिंदगी ते मारांगे झाल। की ने साडे कानून फर्ज ते अधिकार, की करदी है साडी सरकार, की है तुहाडी मुश्किल दा हल। D5 चैनल पंजाबी दी कचहरी च होवेगी सिर्फ लोकां दी गल। धर्म, धरोहर, सेहत और संस्कृति की होगी बात। अब D5 चैनल हिंदी भी होगा सर। D5 चैनल पंजाबी, अपनी धरती अपने लोग। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ।